ਸਿਟੀਜ਼ਨ ਅਮੈਂਡਮੈਂਟ ਐਕਟ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਦਿਖਾ ਦੇਣੇ ਆ, ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਲੀਆਂ ਝੰਡੀਆਂ ਲੈ ਕੇ ਸਿੱਖ ਜਿਹੜੇ ਜਥੇਬੰਦੀ ਵਾਲੇ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਗੱਲਬਾਤ ਵੀ ਕਰਦੇ ਆ। ਕਾਰਨ ਕੀ ਹੈ ਬਾਬਾ ਜੀ, ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ? ਇਹ ਜਿਹੜਾ ਇੱਕ ਬਿੱਲ ਲਿਆਂਦਾ ਗਿਆ ਨਾ ਘੱਟ ਗਿਣਤੀਆਂ ਵਾਸਤੇ, ਬਹੁਤ ਹੀ ਘੱਟ ਗਿਣਤੀਆਂ ਵਾਸਤੇ ਬਹੁਤ ਮਾਰੂ ਬਿੱਲ ਆ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉੱਥੇ ਵਿਰੋਧ ਕਰਦਿਆਂ ਕਰਦਿਆਂ ਜਿਹੜੇ ਲੋਕਾਂ 'ਤੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਾਂ ਹੋਰ ਵੀ ਕਿਤੇ ਇਹਨਾਂ ਨੇ ਲਾਠੀਚਾਰਜ ਕੀਤਾ, ਗੱਡੀਆਂ ਬੱਸਾਂ ਨੂੰ ਅੱਗ ਲਾਈ ਆ, ਉਹ ਸਰਕਾਰ ਵੱਲੋਂ ਸਾਰਾ ਕੁਛ ਕਰਾਇਆ ਗਿਆ, ਅਸੀਂ ਉਸ ਦੀ ਨਿਖੇਧੀ ਕਰਦੇ ਹਾਂ। ਅਤੇ ਉਹ ਜਿਹੜਾ ਬਿੱਲ ਆ ਉਹ ਵਾਪਸ ਹੋਣਾ ਚਾਹੀਦਾ, ਉਹ ਨਹੀਂ ਲਾਗੂ ਹੋਣਾ ਚਾਹੀਦਾ, ਕਿਉਂਕਿ ਉਹ ਘੱਟ ਗਿਣਤੀਆਂ ਨੂੰ ਹੀ ਇੱਥੋਂ ਖਤਮ ਕਰਨ ਵਾਸਤੇ ਆ, ਸਾਰਿਆਂ ਨੂੰ ਇਹ ਦੱਸਣ ਵਾਸਤੇ ਕਿ ਇੱਥੇ ਘੱਟ ਗਿਣਤੀਆਂ ਵਾਸਤੇ ਕੋਈ ਜਗ੍ਹਾ ਨਹੀਂ ਜੀ, ਇਸ ਵਾਸਤੇ ਅਸੀਂ ਉਹ ਵਿਰੋਧ ਕਰ ਰਹੇ ਹਾਂ। ਅੱਜ ਜਿਹੜਾ ਤੁਹਾਡਾ ਵਿਰੋਧ ਪ੍ਰਦਰਸ਼ਨ ਹੈ, ਹੋਰ ਕੀ ਕੁਝ ਰੂਪਰੇਖਾ ਰਹੇਗੀ, ਕਿੱਥੋਂ ਸ਼ੁਰੂ ਹੋਇਆ, ਕੀ ਕੋਈ ਡੀਸੀ ਸਾਹਿਬ ਨੂੰ ਕੋਈ ਮੈਮੋਰੈਂਡਮ ਵਗੈਰਾ? ਨਹੀਂ, ਅਸੀਂ ਅੱਜ ਦਾ ਜਿਹੜਾ ਮਾਰਚ ਆ ਇਹ ਕਿਲਾ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਕੀਤਾ ਆ, ਅਤੇ ਡੀਸੀ ਦੇ ਆਫਿਸ 'ਤੇ ਜਾ ਕੇ ਅਸੀਂ ਉੱਥੇ ਕੰਪਲੈਕਸ ਦੇ ਨੇੜੇ ਇਹਨੂੰ ਖਤਮ ਕਰਨਾ। ਅਸੀਂ ਕਿਸੇ ਨੂੰ ਕੋਈ ਮੈਮੋਰੈਂਡਮ ਨਹੀਂ ਦੇਣਾ, ਕਿਉਂਕਿ ਇਨਸਾਫ਼ ਮਿਲਣ ਵਾਲੇ ਥਾਂ ਮੈਮੋਰੈਂਡਮ ਵਗੈਰਾ ਦਿੱਤੇ ਜਾਂਦੇ ਹੁੰਦੇ ਆ। ਸਾਨੂੰ ਇੱਥੋਂ ਉਮੀਦ ਹੀ ਨਹੀਂ ਇਸ ਪ੍ਰਸ਼ਾਸਨ ਤੋਂ ਜਾਂ ਇਸ ਦੇਸ਼ ਤੋਂ ਕਿ ਇਹ ਕਿਤੇ ਕਿਸੇ ਨੂੰ ਨਿਆਂ ਦਊਗਾ, ਅਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਵੀ ਉਹ ਬਿੱਲ ਲਾਗੂ ਨਹੀਂ ਹੋਣਾ ਚਾਹੀਦਾ। ਤਾਂ ਇਹ ਨੇ ਸਿੱਖ ਜਥੇਬੰਦੀ ਵਾਲੇ ਆਗੂ ਜਿਹੜੇ ਦੱਸ ਰਹੇ ਹੈ ਕਿ ਕੀ ਕਾਰਨ ਹੈ ਇਹਨਾਂ ਦਾ ਜਿਹੜਾ ਅੱਜ ਪ੍ਰੋਟੈਸਟ ਦੇ ਉੱਤੇ ਹੈ। ਤਸਵੀਰਾਂ ਤੁਹਾਨੂੰ ਇੱਕ ਵਾਰ ਮੁੜ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਕਾਲੀਆਂ ਝੰਡੀਆਂ ਲੈ ਕੇ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਸਿੱਖ ਜਥੇਬੰਦੀ ਦੇ ਆਗੂ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਘੱਟ ਗਿਣਤੀ ਵਾਲਾ ਜਿਹੜਾ ਬਿੱਲ ਆਇਆ, ਸਿਟੀਜ਼ਨ ਅਮੈਂਡਮੈਂਟ ਜਿਹੜਾ ਐਕਟ ਹੈ, ਉਸ ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਕਿਲ੍ਹਾ ਮੁਬਾਰਕ ਸਾਹਿਬ ਤੋਂ ਇਹ ਜਿਹੜਾ ਪ੍ਰੋਟੈਸਟ ਸ਼ੁਰੂ ਹੋਇਆ ਹੈ, ਅਤੇ ਡਿਪਟੀ ਕਮਿਸ਼ਨਰ ਆਫਿਸ ਤੱਕ ਜਿਹੜਾ ਇਹ ਚੱਲਣਾ ਹੈ, ਅਤੇ ਉੱਥੇ ਜਾ ਕੇ ਇਸ ਪ੍ਰਦਰਸ਼ਨ ਦੀ ਸਮਾਪਤੀ ਕੀਤੀ ਜਾਣੀ ਹੈ। ਕੈਮਰਾਮੈਨ ਮੁਕੁਲ ਦੇ ਨਾਲ ਜਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।